ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਤੇ ਇੱਕ ਮੈਂ ਵੀਡੀਓ ਪਾਇਆ ਸੀ ਇੱਥੇ ਤਾਂ ਉਹਦੇ ਜਵਾਬ ਆਇਆ ਸੀ ਕਿ ਜਿਹੜਾ ਹੈਗਾ ਨਾ ਆਪਣੇ ਕਾਬਾ ਹੈਗਾ ਇਹਦੇ ਸੈਂਟਰ ਆਫ ਦੀ ਵਰਲਡ ਹੈਗਾ। ਕਾਬਾ ਜਿਹੜਾ ਹੈਗਾ ਇਹ ਟੈਂਪਲ ਆਫ ਐਡਮ ਹੈਗਾ, ਐਡਮ ਹੈਗਾ ਸ਼ਿਵ, ਇਹ ਸ਼ਿਵ ਦਾ ਮੰਦਰ ਹੈਗਾ ਤੇ ਇਹ ਜਿਹੜਾ ਸ਼ਿਵ ਦਾ ਮੰਦਰ ਹੈਗਾ ਇੱਥੇ ਹੋਰ ਕੋਈ ਹੋਰ ਕਿਸੇ ਦਾ ਨਹੀਂ ਹੈਗਾ, ਸਿਰਫ ਸ਼ਿਵ ਦਾ। ਸ਼ਿਵ ਜਿਹੜਾ ਹੈਗਾ ਉਹ ਆਪਣਾ ਆਦਮ ਹੈਗਾ ਤੇ ਉਹਦੀ ਔਲਾਦ ਜਿਹੜੀ ਹੈਗੀ ਉਹਦੇ ਥੱਲੇ ਹੈਗੇ ਨੇ ਰੇਸ਼ਿਸ ਦੇ ਥੱਲੇ ਹੈਗੇ ਨੇ, ਫਿਰ ਹੈਗਾ ਆ ਹੈਗਾ ਨਾ ਆਦਮ, ਆਦਮ ਤੇ ਸ਼ਿਵ ਇੱਕੋ ਬਰਾਬਰ ਹੈ, ਮਹਾਦੇਵ ਤੇ ਇਹ ਸ਼ਿਵ ਦਾ ਮੰਦਰ ਹੈਗਾ ਜਿਹੜਾ ਹੈਗਾ ਨਾ ਕਾਬਾ। ਸ਼ਿਵ ਦੇ ਥੱਲੇ ਆਉਂਦੀਆਂ ਰੇਸ਼ਿਸ ਦੇ ਥੱਲੇ ਕਬੀਲੇ ਟ੍ਰਾਈਬਸ ਤੇ ਫਿਰ ਗੋਤ ਵਗੈਰਾ ਹੁੰਦੇ ਨੇ ਇੱਦਾਂ। ਤੇ ਇਹ ਹੈਗਾ ਜਿਸਮ ਆ ਭਾਂਡਾ, ਜਿਹੜੀ ਇਹਦੀ ਚ ਰੂਹ ਹੈਗੀ ਉਹ ਹੈਗੀ ਖੁਦ ਆਪਣੇ ਗੋਡ ਦੀ ਰੂਹ, ਇਹਨੂੰ ਸੁਪਰ ਨੈਚੁਰਲ, ਇਹ ਨੈਚੁਰਲ ਹੈਗਾ ਆ ਹੈਗਾ ਸੁਪਰ ਨੈਚੁਰਲ। ਇਹਦੇ ਚ ਆਉਂਦਾ ਜੀਵ, ਹਿੰਦੂ, ਸਿੱਖ, ਮੁਸਲਿਮ ਵਗੈਰਾ ਤੇ ਜਿਹੜਾ ਸੁਪਰ ਨੈਚੁਰਲ ਦਾ ਹੈਗਾ ਉਹ ਅਲ ਮਸਜਿਦ ਅਲ ਅਕਸਾ ਜਿਹੜਾ ਜਰੂਸਲਮ ਹੈਗਾ ਨਾ, ਹੋਲੀਐਸਟ ਆਫ ਹੋਲੀ, ਉਹ ਟੈਂਪਲ ਆਫ ਗੋਡ ਸੀਗਾ। ਇਹਨੂੰ ਗੋਡ ਨੂੰ ਕਹਿੰਦੇ ਐਲੋਹੀਮ, ਅੱਲਾ, ਪਾਰਬ੍ਰਹਮ ਤੇ ਆਹ ਜਿਹੜਾ ਕ੍ਰੀਏਸ਼ਨ ਆਫ ਐਡਮ ਹੈਗਾ ਇਹ ਹੈਗਾ ਯਾਵੇ, ਬ੍ਰਹਮਾ ਤੇ ਖੁਦਾ, ਇਹ ਉਹਦਾ ਹੈਗਾ ਆ ਸਾਰਾ ਸਿਲਸਿਲਾ। ਆ ਹੈਗਾ ਐਲੋਹੀਮ, ਅੱਲਾ ਤੇ ਪਾਰਬ੍ਰਹਮ ਦਾ, ਇਹਦੇ ਦੁਆਲੇ ਹੋਲੀਐਸਟ ਆਫ ਹੋਲੀ ਦੇ ਦੁਆਲੇ ਪਰਦਾ ਹੁੰਦਾ ਸੀ ਜਿਹੜਾ ਕਿ ਜੀਸਸ ਨੇ ਪਾੜਿਆ ਸੀਗਾ, ਬਾਈ ਉਹਨੇ ਪ੍ਰਚਾਰ ਕੀਤਾ ਸੀ ਬਾਣੀ ਦਾ, ਬਾਣੀ ਰਾਹੀਂ ਉਹਨੂੰ ਪਾੜਿਆ ਸੀ ਕਿ ਵੀ ਹੁਣ ਤੁਹਾਡੇ 'ਚ ਕੋਈ ਉਹਦੇ 'ਚ ਸੀਕਰਟ ਨਹੀਂ ਹੈਗਾ, ਸਾਰੇ ਸੀਕਰਟ ਮੈਂ ਤੁਹਾਨੂੰ ਦੱਸ ਦਿੱਤੇ ਨੇ ਅਤੇ ਇਹ ਪਰਦਾ ਜਿਹੜਾ ਹੈਗਾ ਜਿਹੜਾ ਬੁਲਾਇਆ ਸੀ ਵੀ ਸੀਕਰਟ ਹੈਗਾ ਅੰਦਰ, ਉਹ ਸੀਕਰਟ ਹੈ ਨਹੀਂ ਕਿ ਹੁਣ ਤੁਹਾਨੂੰ ਸਾਰਾ ਕੁਛ ਦੱਸ ਦਿੱਤਾ ਹੈਗਾ। ਇਸ ਕਰਕੇ ਜਿਹੜਾ ਹੈਗਾ ਕਾਬਾ ਹੈਗਾ ਇਹ ਉਹ ਟੈਂਪਲ ਆਫ ਐਡਮ ਹੈਗਾ, ਆਦਮ ਦਾ ਘਰ ਹੈਗਾ ਇਹ। ਇੱਥੋਂ ਜਦੋਂ ਮਹਾਰਾਜ ਦਾ ਸਫ਼ਰ ਹੋਇਆ ਸੀ ਨਾ, ਹਜ਼ਰਤ ਮੁਹੰਮਦ ਸਾਹਿਬ ਜਦੋਂ ਹੈਵਨ ਨੂੰ ਗਏ ਸੀਗੇ ਉਦੋਂ ਇੱਥੋਂ ਕਾਬਾ ਤੋਂ ਉਹਨਾਂ ਦਾ ਜਿਗਰ ਧੋਤਾ ਸੀਗਾ ਜ਼ਮ ਜ਼ਮ ਦੇ ਪਾਣੀ ਨਾਲ, ਇੱਕ ਸਿਲਵਰ ਦੇ ਬੋਲ ਵਿੱਚ ਪਾ ਕੇ ਜਿਗਰ, ਤੇ ਫਿਰ ਰਾਤ ਦਾ ਸਫ਼ਰ ਸੀਗਾ ਮਹਿਰਾਜ ਦਾ ਤੇ ਫਿਰ ਉੱਥੇ ਜਦੋਂ ਅਲ ਅਕਸਾ ਪਹੁੰਚੇ ਸੀਗੇ ਉਦੋਂ ਉਹਨਾਂ ਦਾ ਦਿਲ ਧੋਤਾ ਸੀਗਾ ਸੋਨੇ ਦੇ ਭਾਂਡੇ 'ਚ। ਦਿਲ ਜਿਹੜਾ ਹੈਗਾ ਉਹ ਹੈਗਾ ਅੱਲਾ ਤੇ ਖੁਦਾ, ਅੱਲਾ ਸੱਚ, ਅੱਲਾ ਐਲੋਹੀਮ ਤੇ ਪਾਰਬ੍ਰਹਮ ਦੇ ਨਾਲ ਧੁਲਕ ਰੱਖਦਾ ਹੈਗਾ। ਆਹ ਹੈਗਾ ਜਿਹੜਾ ਇਹ ਯਾਵੇ, ਬ੍ਰਹਮ ਤੇ ਖੁਦਾ ਨਾਲ ਧੁਲਕ ਰੱਖਦਾ ਹੈਗਾ। ਤੇ ਜਿਹੜੀ ਮਸਜਿਦ ਹੁੰਦੀ ਹੈਗੀ ਨਾ ਉਹ ਮੁਸਲਮਾਨਾਂ ਦੀ ਹੁੰਦੀ ਹੈਗੀ, ਜਿਹੜੇ ਮੁਸਲਮਾਨ ਹੁੰਦਾ ਜਿਹਦੇ 'ਚ ਚਾਰ ਚੀਜ਼ਾਂ ਹੋਣ, ਹਿਜਾ ਹੋਵੇ, ਸੱਚ ਬੋਲੇ, ਸੰਤੋਖੀ ਹੋਵੇ ਤੇ ਦਇਆਵਾਨ, ਉਹਨੂੰ ਮੁਸਲਮਾਨ ਕਹਿੰਦੇ ਨੇ। ਇਹ ਜਿਹੜੇ ਹੈਗੇ ਨਾ ਝੂਠ ਬੋਲਦੇ ਤੇ ਉੱਥੇ ਜਾਂਦੇ ਨੇ ਕਾਬਾ ਹੱਜ ਕਰਨ ਜਾਂਦੇ ਨੇ, ਉੱਥੇ ਆਪਣਾ ਪਿਓ ਤਾਂ ਛੱਡ ਕੇ ਆ ਜਾਂਦੇ ਨੇ, ਆਪਣਾ ਕਬੀਲੇ ਦਾ ਪਿਓ ਛੱਡ ਕੇ ਆ ਜਾਂਦੇ ਨੇ, ਉਹ ਤਾਂ ਪੱਕੇ ਹਰਾਮੀ ਬਣ ਕੇ ਆਉਂਦੇ ਨੇ ਉੱਥੋਂ, ਜਿਸਮ ਦੇ ਬਣ ਜਾਂਦੇ ਨੇ ਉਹ ਮੁਸਲਮਾਨ। ਮੁਸਲਮਾਨ ਦਿਲ ਦਾ ਹੁੰਦਾ, ਮੈਂ ਮੁਸਲਮਾਨ ਹੈਗਾ, ਮੈਂ ਜਿਸਮ ਦਾ ਮੈਂ ਜੱਟ ਹੈਗਾ, ਦਿਲ ਦਾ ਮੈਂ ਮੁਸਲਮਾਨ ਹੈਗਾ। ਦਿਲ ਦਾ ਮੁਸਲਮਾਨ ਹੁੰਦਾ, ਜਿਹੜਾ ਜਿਸਮ ਦਾ ਮੁਸਲਮਾਨ ਬਣਿਆ ਨਾ ਉਹ ਪੱਕਾ ਹਰਾਮੀ ਹੁੰਦਾ। ਉਹਦੀ ਮੈਂ ਹੁਣ ਵਿਆਖਿਆ ਕਰਨੀ ਇੰਗਲਿਸ਼ ਵਿੱਚ, ਜੌਨ 8 ਗੋਸਪਲ ਜਿਹੜਾ ਨਾ ਉਹ ਵਿਆਖਿਆ ਕਰਦਾ ਹੈਗਾ ਹਰਾਮੀ ਤੇ ਪੱਕੇ ਹਰਾਮੀਆਂ ਦੀ। ਹਰਾਮੀ ਜਿਹੜਾ ਕੰਜਰੀ ਦੇ ਪੇਟ 'ਚ ਪੈਦਾ ਹੋਵੇ ਤੇ ਪੱਕਾ ਹਰਾਮੀ ਜਿਹੜਾ
ਪਰ ਰੱਬ ਨੂੰ ਜਾਂ ਪਾਰਬ੍ਰਹਮ ਅੱਲਾਹ ਦਾ ਪੁੱਤਰ ਨਾ ਹੋਵੇ, ਉਹਦੇ ਉਹਦਾ ਸ਼ੈਤਾਨ ਦਾ ਪੁੱਤਰ ਹੋਵੇ, ਉਹਨੂੰ ਪੱਕਾ ਹਰਾਮੀ ਕਹਿੰਦੇ ਨੇ। ਤੇ ਮਸਜਿਦ ਜਿਹੜੀ ਹੁੰਦੀ ਹੈ ਇਹ ਮੁਸਲਮਾਨਾਂ ਲਈ ਹੋਗੀ। ਮੁਸਲਮਾਨ ਉਹ ਹੁੰਦਾ ਜਿਹੜਾ ਬੱਚਿਆਂ ਨਹੀਂ ਮੁਸਲਮਾਨ ਹੋ ਸਕਦਾ। ਇਹ ਹੱਜ ਹੁੰਦਾ ਸੀਗਾ 12 ਤੋਂ 16 ਸਾਲ ਦੇ ਮੁੰਡਿਆਂ ਲਈ। ਉਹ ਇਹਨੂੰ ਕਾਬੇ ਨੂੰ ਸੱਜੇ ਹੱਥ ਰੱਖਦੇ ਸੀਗੇ, 7 ਵਾਰੀ ਪਰਿਕਰਮਾ ਕਰਦੇ ਸੀ, ਬਾ ਇਲਾ ਕਹਿੰਦੇ ਸੀ। ਫਿਰ ਉਹ ਇਹ ਖੱਬੇ ਹੱਥ ਰੱਖ ਕੇ ਆਉਂਦੇ। ਖੱਬੇ ਹੱਥ ਰੱਖਣ ਦਾ ਮੈਂ ਇਸੇ ਛੱਡ ਦਿੱਤਾ ਕਬੀਲੇ ਦਾ ਪਿਓ, ਕਬੀਲੇ ਦਾ ਪਿਓ ਛੱਡ ਕੇ ਤਾਂ ਪੱਕੇ ਹਰਾਮੀ ਬਣ ਗਏ। ਲਾ ਇਲਾ ਬਾ ਇਲਾ ਕੱਚੀ ਇੱਟ ਹੋਏਗੀ, ਕੱਚੇ ਪਿਓ ਦੇ ਬਣੋਗੇ ਤਦ ਹੀ ਪੱਕੇ ਦੇ ਬਣੋਗੇ। ਬਾ ਇਲਾ ਨਾਲ ਬਾ ਅੱਲਾ ਹੁੰਦਾ ਹੈਗਾ, ਲਾ ਇਲਾ ਨਾਲ ਬਾ ਸ਼ੈਤਾਨ ਹੁੰਦਾ ਹੈਗਾ। ਤੇ ਉੱਥੋਂ ਇਹ ਸ਼ੈਤਾਨ ਦੇ ਪੁੱਤਰ ਬਣ ਕੇ ਨਿਕਲਦੇ ਨੇ ਆਪਣੇ ਕਾਬਾ ਤੋਂ ਅੱਜ ਕਰਨ ਜਾਂਦੇ ਨੇ। ਤੇ ਇਹਦੀ ਸਾਰੀ ਜਿਹੜੀ ਹੈਗੀ ਨਾ, ਮੈਂ ਨੈਕਸਟ ਜਿਹੜਾ ਹੈਗਾ ਵੀਡੀਓ ਮੇਰਾ ਇੰਗਲਿਸ਼ ਵਿੱਚ, ਉਹਦੇ 'ਚ ਮੈਂ ਦੱਸਾਂਗਾ ਜੌਨ 8 ਦੀ ਵਿਆਖਿਆ 'ਚ। ਅਤੇ ਉੱਥੇ ਇੱਕ ਮਸਜਿਦ ਹੈਗੀ ਜਿਹੜੀ ਪਾਕ ਹੈਗੀ, ਉਸ ਮਸਜਿਦ ਦਾ ਨਾਂ ਸੀਗਾ ਅਲ ਮਸਜਿਦ ਅਲ ਹਰਾਮ, ਹਰਾਮ ਮੈਨਾ ਫਰਬਿਡਨ। ਇਹ ਸੀਗਾ ਬੱਚਿਆਂ ਲਈ ਹੁੰਦਾ ਸੀਗਾ। ਬੱਚੇ ਜਦੋਂ ਇਹ ਹੱਜ ਕਰਦੇ ਸੀਗੇ ਤਾਂ 3 ਸ਼ੈਤਾਨ ਜਿਹੜੇ ਹੈਗੇ ਨਾ, ਅਜਮਰ ਅਲ ਦੁਨੀਆ ਅਤੇ ਮੁਸ਼ਤਾ ਅਤੇ ਕੁਬਰਾ ਅਤੇ ਆ ਹੈਗੇ ਨਾ 3 ਸ਼ੈਤਾਨ। ਆ ਹੈਗਾ ਅਜਮਰ ਅਲ ਦੁਨੀਆ, ਇਹ ਉਹ ਹਰਾਮੀ ਜਿਹੜੇ ਕੰਜਰੀਆਂ ਅਤੇ ਦਾਸੀਆਂ ਦੇ ਪੇਟ 'ਚ ਪੈਦਾ ਹੁੰਦੇ। ਮੰਦਰ ਦੀ ਜਿਹੜਾ ਸੀ ਨਾ ਵੀਰ ਭਗਤ ਬਿੱਦਰ, ਭਗਤ ਬਿੱਦਰ ਉਹ ਆ ਸੀਗਾ, ਭਗਤ ਬਿੱਦਰ ਦਾਸੀ ਦੇ ਪੇਟ 'ਚ ਪੈਦਾ ਹੋਇਆ। ਕ੍ਰਾਈਸਟ ਜੀਜ਼ ਜਿਹੜਾ, ਜੀਜ਼ ਵੀ ਜਿਹੜਾ ਸੀਗਾ ਅਨੋਇੰਟਡ ਮਸਟਰਡ ਸੀਡ, ਇਹਨੂੰ ਮਸਟਰਡ ਸੀਡ ਕਹਿੰਦੇ ਨੇ, ਅਨੋਇੰਟਡ ਮਸਟਰਡ ਸੀਡ ਸੀਗਾ ਉਹ। ਅਤੇ ਅੱਜ ਮਰ ਅਲ ਬੁਸ਼ਤਾ ਹੈਗਾ, ਇਹ ਉਹ ਹਰਾਮੀ ਜਿਹੜੇ ਆਪਣੇ ਕੌਮ ਬਦਲ ਲੈਂਦੇ ਨੇ, ਜਿੱਦਾਂ ਉਹ ਗਏ ਆਪਣੇ ਉੱਥੇ ਅਰਬ ਮੁਲਕਾਂ 'ਚ ਗਏ ਇੰਡੀਆ ਤੋਂ, ਦੇਖਿਆ ਪੈਸਾ ਪੂਸਾ ਖੂਬ ਰਹਿਣਾ ਅਤੇ ਉਹਨਾਂ ਦੀ ਬੁੱਧੂ ਹੈਗੇ ਉਹ, ਉਹਨਾਂ ਦੀ ਸ਼ੈਤਾਨੀ ਪੋਲੀਟਿਕਸ 'ਚ ਹਿੱਸਾ ਲੈਣਾ ਜਾਂ ਹੋਰ ਕਰਨਾ ਹੈਗਾ ਨਾ, ਉਹਨਾਂ ਨੇ ਆਪਣੇ ਜਿਹੜੇ ਸਰਨੇਮ ਸੀ ਨਾ ਉਹ ਜਾਫਰੀ ਵਗੈਰਾ ਅਤੇ ਇੱਦਾਂ ਦੇ ਅਨਸਾਰੀ ਇੱਦਾਂ ਦੇ ਰੱਖ ਲਏ, ਅਰਬੇ ਸਾਰਿਸ਼ ਅਰਬਾਂ ਵਰਗੇ। ਅਤੇ ਜਿਹੜੇ ਅਸਲੀ ਸ਼ਿਜਰੇ ਸੀ ਉਹ ਲੁਕੋ ਕੇ ਰੱਖਦੇ ਸੀ, ਜਦੋਂ ਵਿਆਹ ਸ਼ਾਦੀ ਹੁੰਦੀ ਸੀ ਉਦੋਂ ਮਿਲਾਉਂਦੇ ਹੁੰਦੇ ਸੀ ਇੱਕ ਦੂਜੇ ਨਾਲ। ਇਹ ਹੈਗਾ ਪੱਕਾ ਸ਼ੈਤਾਨ। ਇਹ ਜਦੋਂ ਪੋਲੀਟਿਕਸ ਇੱਛਾ ਲਵੇ, ਜਦੋਂ ਲੋਕਾਂ ਨੂੰ ਮਜ਼ਹਬ ਦੇ ਨਾਂ 'ਤੇ ਭੜਕਾਵੇ ਤਾਂ ਉਦੋਂ ਬਣ ਜਾਂਦਾ ਅਜਮਰ ਅਲ ਅਕਸਾ, ਇੱਥੇ ਝੁਕਿਆ ਹੋਇਆ ਪਹਾੜੀ ਦੇ। ਇਹ ਪਹਾੜੀ ਜਨੂਨੀਆਂ ਦੀ ਹੈਗੀ। ਅੱਜ ਜਦੋਂ ਕਾਂਗਰਸ ਹੋਈ, ਕੰਜ਼ਰਵੇਟਿਵ ਹੋਇਆ, ਲੇਬਰ ਹੋਈ, ਗ੍ਰੀਨ ਪਾਰਟੀ, ਇੱਦਾਂ ਦੀਆਂ ਹੋਈਆਂ ਨਾਨ ਰਿਲੀਜੀਅਸ ਪਾਰਟੀਆਂ, ਇਹਨਾਂ ਨੂੰ ਕਹਿੰਦੇ ਅਲਜਮਾਤ ਅਲ ਕੁਬਰਾ। ਇਹ ਵੀ ਪਹਾੜੀ ਦੇ ਪਹਾੜੀ ਹੈਗੀ, ਜਨੂਨੀ ਹੈਗੇ ਜੇ। ਇਹ ਜਿਹੜੇ ਪਹਾੜੀ ਢਾ ਦਿੱਤੀ ਹੁਣ ਉਹਨੂੰ ਪੱਧਰਾ ਦਿਖਾ ਦਿੱਤਾ ਹੈਗਾ ਹੁਣ, ਜਿੱਦਾਂ ਆਹ ਹੈਗੇ ਨੇ ਆਲੇ ਦੁਆਲੇ ਕੁਛ ਨਹੀਂ ਹੈਗਾ, ਇੱਦਾਂ ਹੀ ਇਹਦੇ ਕਰ ਦਿੱਤਾ, ਆਲੇ ਦੁਆਲੇ ਕੁਛ ਨਹੀਂ ਹੈਗਾ, ਇੱਦਾਂ ਦਾ ਬਣਾ ਦਿੱਤਾ ਬੁੱਤ ਇੱਥੇ ਵੀ। ਗਲਤ ਹੈਗਾ ਇਹ। ਅਤੇ ਜਦੋਂ ਆਦਮੀ ਇਹਨਾਂ ਸ਼ੈਤਾਨਾਂ ਤੋਂ ਬਚ ਜਾਏ ਬੱਚਾ, ਉਦੋਂ ਹਜ਼ਰਤ ਮੁਹੰਮਦ ਜੀ ਕਿਹਾ ਕਹਿ ਇਸਲਾਮਾ, ਵੀ ਮੈਂ ਇਸ ਜਿਹੜਾ ਹੈਗਾ ਨਾ, ਮੈਨੂੰ ਜਿਹੜਾ ਮੇਰੀ ਰੂਹ ਜਿਹੜੀ ਹੈਗੀ ਨਾ, ਜਿਸ ਜਿਸਮ ਵਿੱਚ ਵੜੀ ਹੈਗੀ, ਜਿਸ ਕੌਮ ਵਿੱਚ ਗਈ ਹੈਗੀ, ਮੈਨੂੰ ਉਹ ਕਬੂਲ ਹੈਗਾ। ਕਹਿ ਇਸਲਾਮਾ ਇਮਾਨ ਹੱਥ ਨਾਟ ਐਂਟਰ ਯੂਰ ਹਾਰਟ, ਕਿਹਾ ਇਮਾਨ ਜਿਹੜਾ ਉਹ ਨਹੀਂ ਅੰਦਰ ਬੜਿਆ। ਇਮਾਨ ਤਾਂ ਤਦੇ ਬੜੇਗਾ ਜਦੋਂ ਕੋਈ ਸਬਕ ਸਿੱਖੇਗਾ। ਅਤੇ 12 ਤੋਂ 16 ਸਾਲ ਦੇ ਮੁੰਡਾ ਫਿਰ ਉਹ ਸਕੂਲ ਜਾਂਦਾ ਸੀ, ਇਹਦੇ ਕਾਬਾ ਦੇ ਬਾਅਦ ਫਿਰ ਉਹ ਸਿੱਖਦਾ ਹੁੰਦਾ ਸੀਗਾ, ਫਿਰ ਇਮਾਨ ਉਹਦੇ ਦਿਲੇ 'ਚ ਵੜਦਾ ਸੀਗਾ। ਅਤੇ ਇਹ ਜਿਹੜਾ ਜਦੋਂ ਤੁਸੀਂ ਵਫ਼ਾਦਾਰ ਬਣ ਜਾਓ ਆਪਣੇ ਪਿਓ ਦੇ, ਉਦੋਂ ਤੁਹਾਨੂੰ ਜਿਹੜਾ ਪੈਦਾ ਕਰਨ ਵਾਲਾ ਜਾਵੇ ਖੁਦਾ ਅਤੇ ਬ੍ਰਹਮਾ ਹੈਗਾ, ਉਹ ਤੁਹਾਨੂੰ ਖੂਬ ਖਾਣ ਪੀਣ ਨੂੰ ਦਿੰਦਾ ਹੈਗਾ। ਅਤੇ ਇਸੇ ਕਰਕੇ ਬਾਅਦ ਵਿੱਚ ਹੱਜ ਜਦੋਂ ਕਰਦੇ ਉਦੋਂ ਫਿਰ ਇੱਕ ਉਹਨਾਂ ਨੂੰ ਬੱਕਰਾ ਮਿਲਦਾ ਹੈਗਾ ਖਾਣ ਨੂੰ। ਜੇ ਤੁਸੀਂ
ਸ਼ੈਤਾਨ ਦੇ ਹੱਥ ਆ ਜਾਓ, ਫਿਰ ਤਾਂ ਤੁਸੀਂ ਮਾਰੇ ਗਏ ਨਾ, ਫਿਰ ਪੱਕ ਬੱਕਰਾ ਬੁਕਰਾ ਭੁੱਲ ਜਾਓ। ਫਿਰ ਅੱਜ ਦਾ ਹੋ ਰਿਹਾ, ਅੱਜ ਕੱਲ੍ਹ ਸੀਰੀਆ 'ਚ ਹੋ ਰਿਹਾ, ਟਰਕੀ 'ਚ ਹੋ ਰਿਹਾ ਅਤੇ ਯਮਨ 'ਚ ਹੋ ਰਿਹਾ, ਏਦਾਂ ਦੀਆਂ ਜਿਹੜੇ ਫਸਾਦ ਹੈਗੇ ਨੇ ਮਜ਼ਹਬੀ ਰੋ ਵਿੱਚ ਰੰਗ ਦੇ ਕੇ ਅਤੇ ਹੋਰ ਏਦਾਂ ਦੇ ਹੋਣਗੇ, ਇਹ ਚੱਲਣਗੇ। ਇਸ ਕਰਕੇ ਇਹਨਾਂ ਨੂੰ ਜੇ ਇਸ ਕਾਬੇ ਦੇ ਤਿੰਨ ਬੁੱਤਾਂ ਦੀ ਸਮਝ ਆ ਜਾਏ ਅਤੇ ਇਹ ਚੈਨ ਇਹਨਾਂ ਦੇ ਮੁਲਕ 'ਚ ਹੋ ਸਕਦਾ ਹੈ। ਜਦੋਂ 1947 'ਚ ਪਾਰਟੀਸ਼ਨ ਹੋਈ ਸੀ ਇੰਡੀਆ ਦੀ, ਉਦੋਂ ਮੇਰੇ ਫਾਦਰ ਨੂੰ ਪਤਾ ਸੀਗਾ ਇਹਨਾਂ ਚੀਜ਼ਾਂ ਦਾ, ਅਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਜੀ ਆਪਣੇ ਜ਼ਿਮੀਦਾਰਾਂ ਜੱਟਾਂ ਨੂੰ, ਆਪਣੀ ਕੌਮ ਨਾ ਬਦਲੋ, ਕੌਮ ਤੁਹਾਡੀ ਜੱਟ ਹੈਗੀ, ਇਹ ਘਰ ਤੁਹਾਡਾ ਜੱਟਾਂ ਦਾ ਹੈਗਾ, ਜ਼ਮੀਨ ਜੱਟਾਂ ਦੀ ਹੈਗੀ, ਜੇ ਤੁਸੀਂ ਸਿੱਖ ਕੌਮ ਬਣਾ ਲਈ ਤਾਂ ਫਿਰ ਇਹ ਜਿਹੜਾ ਜੱਟ ਪਿਓ ਹੈਗਾ ਨਾ, ਜਿਹਦੀ ਜ਼ਮੀਨ ਹੈਗੀ ਅਤੇ ਘਰ ਹੈ, ਉਹਨੇ ਛਿੱਤਰ ਮਾਰ ਕੇ ਤੁਹਾਨੂੰ ਬਾਹਰ ਕੱਢ ਦੇਣਾ ਹੈਗਾ। ਉਹ ਬੜੇ ਉਹਨਾਂ ਦੇ ਬਰਖਲਾਫ ਸੀਗੇ, ਉਹਨਾਂ ਨੂੰ ਗਾਲਾਂ ਵੀ ਕੱਢਦੇ ਸੀਗੇ ਵੀ ਸਾਡੀ ਸਿੱਖ ਕੌਮ ਨਹੀਂ ਬਦਲ ਦਿੰਦਾ। ਅਤੇ ਜਦੋਂ ਸਿੱਖ ਕੌਮ ਬਣ ਗਈ ਤਾਂ ਪਾਰਟੀਸ਼ਨ ਹੋ ਗਈ, ਫਿਰ ਉਹ ਪਿਓ ਨੇ ਘਰੋਂ ਕੱਢ ਦਿੱਤਾ, ਉੱਥੇ ਆਏ ਗੁਰਦੁਆਰੇ ਉਹ ਨਾਨਕ ਕਹਿੰਦਾ ਤੂੰ ਆਪਣੇ ਕੱਚੇ ਪਿਓ ਦਾ ਤਾਂ ਬਣੇ ਨਹੀਂ ਤਾਂ ਪੱਕੇ ਦਾ ਕਿੱਦਾਂ ਬਣ ਜਾਏਗਾ, ਜਾਂ ਦੌੜ ਜਾ ਇੱਥੋਂ ਵੀ। ਫਿਰ ਯਤੀਮਾਂ ਦੀ ਤਰ੍ਹਾਂ ਆਏ ਸੀਗੇ ਰੱਬ ਰਾਖੇ, ਅਤੇ ਉਹ ਜਿੰਨੇ ਖੱਜਲ ਖੁਆਰ ਹੋਏ ਨੇ ਉਹ ਸਾਰਿਆਂ ਨੂੰ ਪਤਾ ਹੈਗਾ। ਤਾਂ ਜਿਹੜਾ ਨਾਸਰ ਢਿੱਲਣ ਹੈਗਾ ਅਤੇ ਆਪਣੇ ਕਰਜ਼ਾ ਚੌਧਰੀ, ਇਹਨਾਂ ਨੂੰ ਚਾਹੀਦਾ ਹੈਗਾ ਕਿ ਇਹਨਾਂ ਨੂੰ ਲੋਕਾਂ ਨੂੰ ਦੱਸਣ ਵੀ ਤੁਸੀਂ ਕਿਉਂ ਉੱਜੜੇ ਸੀਗੇ, ਕੀ ਕਸੂਰ ਸੀਗਾ, ਅਤੇ ਆਪਣੇ ਪਿਓ ਦੇ ਬਣੋ ਜੇ ਤੁਸੀਂ ਅਮਨ ਚੈਨ ਨਾਲ ਰਹਿਣ ਹੈਗਾ, ਜੇ ਤੁਸੀਂ ਸ਼ੈਤਾਨ ਦੇ ਬਣੇ ਤਾਂ ਫਿਰ ਤੁਹਾਡਾ ਇਹੋ ਹੀ ਹਾਲ ਹੋਏਗਾ ਜਿਹੜਾ 1947 'ਚ ਹੋਇਆ ਸੀਗਾ। ਅਤੇ ਇਸ ਕਰਕੇ ਜਿਹੜਾ ਹੈਗਾ ਕਾਬਾ ਹੈਗਾ, ਇਹ ਸ਼ਿਵ ਦਾ ਮੰਦਰ ਹੈਗਾ, ਅਤੇ ਇਹ ਹੈਗਾ ਰੱਬ ਦਾ ਜਿਹੜਾ ਕੀ ਕਹਿੰਦੇ ਨੇ ਸੈਂਟਰ ਇਸ ਕਰਕੇ ਹੈਗਾ, ਇਹ ਨਾ ਖੁਦਾ ਦਾ ਸੈਂਟਰ, ਜਿਹੜੀ ਕ੍ਰੀਏਸ਼ਨ ਹੈ ਖੁਦਾ ਦੀ ਹੈਗੀ, ਰੱਬ ਦੀ ਨਹੀਂ ਹੈਗੀ, ਰੱਬ ਦਾ ਮੇਰੀ ਰੂਹ ਹੈਗੀ ਅੰਦਰ, ਰੱਬ ਦੀ ਇਹ ਖੁਦਾ ਦੀ ਹੈਗੀ। ਜਿਹੜਾ ਖੁਦਾ ਦਾ ਹੈਗਾ ਨਾ ਆਪਣੇ ਜ਼ਮੀਨ, ਜਿਹੜੀ ਵੀ ਚੀਜ਼ ਨਜ਼ਰ ਆਉਂਦੀ ਦੋ ਨਾਲ ਸ੍ਰਿਸ਼ਟੀ, ਉਹ ਬ੍ਰਹਮਾ ਜਾਂ ਵਿੱਚ ਖੁਦਾ ਦੀ ਹੈਗੀ ਨਾ, ਅਤੇ ਉਹਦਾ ਜਿਹੜਾ ਸੈਂਟਰ ਹੈਗਾ ਨਾ, ਜਿਹੜਾ ਜਿੱਥੋਂ ਆਦਮ ਪੈਦਾ ਹੋਇਆ ਅਤੇ ਉੱਥੋਂ ਪੁੱਤਰ ਉਹਦੇ ਬਣੇ, ਸਾਰਾ ਕੁਛ ਹੋਇਆ, ਨਸਲਾਂ ਹੋਈਆਂ, ਸਭ ਕੁਛ ਹੋਇਆ, ਉਹ ਹੈਗਾ ਕਾਬਾ ਹੈਗਾ। ਕਾਬਾ ਉਹਨੂੰ ਕਹਿੰਦੇ ਨੇਵਲ ਹੈਗੀ ਧੁੰਨੀ, ਜਿੱਦਾਂ ਆਦਮੀ ਧੁੰਨੀ ਹੈਗੀ ਨਾ, ਜਿੱਦਾਂ ਧੁੰਨੀ ਜਿਹੜੀ ਹੈਗੀ ਉਹਦੇ ਨਾਲ ਆਦਮੀ ਉਹਦੇ ਨਾਲ ਉਹ ਜਿਹੜਾ ਜੇਰ ਜਿਹੜੀ ਹੁੰਦੀ ਨਾ ਅੰਦਰ ਮਾਂ ਦੇ ਪੇਟ ਵਿੱਚ ਜਦੋਂ ਹੁੰਦਾ ਆਦਮੀ ਦਾ ਧੁੰਨੀ ਨਾਲ ਤੁਰਲਕ ਹੁੰਦਾ ਨਾ, ਧੁੰਨੀ ਜੁੜੀ ਹੁੰਦੀ ਨਾ ਨਾਲ, ਧੁੰਨੀ ਜਿਹੜੀ ਹੈਗੀ ਉਹ ਤੁਹਾਨੂੰ ਮਾਸ ਬਣਾਉਂਦੀ ਅੰਦਰ ਤੁਹਾਡੇ, ਅਤੇ ਨਾਲੇ ਖੂਨ ਵਿੱਚ ਉਹ ਗਰਦਿਸ਼ ਕਰਦਾ ਹੈਗਾ। ਖੂਨ ਜਿਹੜਾ ਹੈਗਾ ਉਹ ਹੈਗਾ ਪਰਮਾਤਮਾ ਦਾ, ਯਾਨੀ ਕਿ ਐਲੋਹੀਮ ਅੱਲਾ ਦਾ, ਪਾਰਬ੍ਰਹਮ ਦਾ, ਰੱਬ ਦਾ। ਮਾਸ ਜਿਹੜਾ ਹੈਗਾ ਉਹ ਹੈਗਾ ਯਾਵੇ ਬ੍ਰਹਮ ਅਤੇ ਖੁਦਾ ਦਾ। ਜਿਹੜੀ ਵੀ ਚੀਜ਼ ਨਜ਼ਰ ਆਉਂਦੀ ਦੋ ਅੱਖਾਂ ਨਾਲ, ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਕੁਦਰਤ, ਇਹ ਕੁਦਰਤ ਖੁਦਾਏ ਦੀ, ਨੂਰ ਅੱਲਾ ਦਾ, ਨੂਰ ਹੈਗਾ ਅੱਲਾ, ਅੱਲਾ ਦੇ ਨੂਰ ਬਿਨਾਂ ਤੁਸੀਂ ਅੰਨੇ ਹੈਗੇ। ਅਤੇ ਇਸ ਕਰਕੇ ਅੱਲਾ ਦਾ ਨੂਰ ਜਿਹੜਾ ਸੀਗਾ ਅਲ ਅਕਸਾ ਸੀਗਾ, ਉੱਥੋਂ ਫਿਰ ਮੁਹੰਮਦ ਸਾਹਿਬ ਹੈਵਨ ਨੂੰ ਗਏ ਸੀਗੇ। ਅਤੇ ਬਹੁਤ ਸਾਰੀਆਂ ਇੱਦਾਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਸੀਂ ਮਿਡਲ ਈਸਟ ਦੀਆਂ ਹੈਗੀਆਂ ਨੇ, ਬਹੁਤ ਫਾਇਦਾਰ ਹੈਗੀਆਂ ਨੇ, ਇਸ ਕਰਕੇ ਸਮਝੋ। ਅਤੇ ਉੱਥੇ ਜਿਹੜੀ ਮਸਜਿਦ ਹੈਗੀ ਉੱਥੇ ਬੱਚਿਆਂ ਨੂੰ ਅਲਾਊ ਨਹੀਂ ਹੈਗਾ, ਕਿਉਂ ਬੱਚਿਆਂ ਕੋਲ ਨਾ ਕੱਚਾ ਇਮਾਨ ਹੁੰਦਾ ਨਾ ਪੱਕਾ, ਉਹ ਤਾਂ ਮੁਸਲਮਾਨਾਂ ਲਈ ਨਹੀਂ, ਪੱਕੇ ਇਮਾਨ ਵਾਲਿਆਂ ਲਈ, ਕਾਫਰਾਂ ਲਈ ਨਹੀਂ ਹੁੰਦੀ। ਅੱਜ ਕੱਲ੍ਹ ਕਾਫਰ ਫਿਰਦੇ ਨਾ ਉੱਥੇ ਸਾਰੇ ਮਸਜਿਦਾਂ 'ਚ, ਮੁੱਲਾ ਹੋਏ ਤਾਂ ਸਾਰੇ ਅਤੇ ਕਾਫਰਾਂ ਨੇ ਦੱਬੀ ਹੋਈ ਨਾ, ਕਿਉਂ ਜਿਹੜਾ ਅਸਲ ਮੁਸਲਮਾਨ ਹੁੰਦਾ ਉਹ ਬਾ ਇਲਾ ਬਾ ਅੱਲਾ ਹੁੰਦਾ ਹੈਗਾ, ਜਿਹੜਾ ਕਾਫਰ ਹੁੰਦਾ ਹੈਗਾ ਉਹ ਲਾ ਇਲਾ, ਉਹਨੂੰ ਖੱਬੇ ਹੱਥ ਰੱਖ ਕੇ ਕਰਦਾ ਹੈਗਾ ਸੱਤ ਰੀ ਪ੍ਰਕਰਮਿਆਂ, ਲਾ ਇਲਾ ਕਰਕੇ ਛੱਡ ਕੇ ਫਿਰ ਬਾ ਸ਼ੈਤਾਨ ਅਲ ਅਕਸਾ, ਅਲ ਅਕਸਾ ਦਾ ਸ਼ੈਤਾਨ ਬਣ ਕੇ ਉੱਥੋਂ ਨਿਕਲਦਾ ਹੈਗਾ ਕਾਬਾ ਤੋਂ।
ਪੁੱਤਰ ਸ਼ੈਤਾਨ ਤੇ ਉਹਦੀ ਇੱਕ ਸਟੋਰੀ ਹੈਗੀ ਮੇਰੇ ਫਾਦਰ ਹੁੰਦੇ ਸੀ ਇੰਸਪੈਕਟਰ ਸਕੂਲਾਂ ਦੇ ਤੇ ਇੱਕ ਪਿੰਡ ਸੀ ਪਠਾਣਾ ਦਾ ਉੱਥੇ ਇੱਕ ਆ ਗਿਆ ਸ਼ਾਹ ਮਾਸਟਰ ਹੈਡ ਮਾਸਟਰ ਆ ਗਿਆ ਤਬਦੀਲ ਹੋ ਗਿਆ ਤੇ ਉਹਦਾ ਸੀਗਾ ਇੱਕ ਪਸ਼ੂ ਉਹਨੂੰ ਮਿਲਦਾ ਸੀ ਨੌਕਰ ਤੇ ਪਸ਼ੂ ਨੂੰ ਚਾਰਾ ਚਾਹੀਦਾ ਸੀਗਾ ਤੇ ਉਹ ਚਪੜਾਸੀ ਕਹਿੰਦਾ ਚਪੜਾਸੀ ਨੂੰ ਕਹਿੰਦਾ ਜਾ ਚਾਰਾ ਲੈ ਆ ਉਹ ਕਹਿੰਦਾ ਕਿੱਥੋਂ ਲਿਆਵਾਂ ਕਹਿੰਦਾ ਵੱਢ ਲਿਆ ਆਪਣਾ ਆਪਣਾ ਹੀ ਹੈਗਾ ਸਾਰਾ ਕੁਛ ਜਿੱਥੋਂ ਜਿਹੜੇ ਮਰਜ਼ੀ ਖੇਤ ਚ ਵੱਢ ਲਿਆ ਉਹ ਗਿਆ ਤੇ ਇੱਕ ਪਠਾਣ ਦੀ ਪਕਾਵੀ ਮੱਕੀ ਵੱਢ ਕੇ ਲੈ ਆਇਆ ਪਠਾਣ ਗਿਆ ਸਵੇਰੇ ਤਾਂ ਦੇਖਿਆ ਪਕਾਵੀ ਮੱਕੀ ਵੱਢੀ ਤਾਂ ਬੜਾ ਹੈਰਾਨ ਹੋਇਆ ਕਿ ਕਿਨ ਵੱਢੀ ਹੈਗੀ ਦੂਸਰੇ ਦਿਨ ਫਿਰ ਉਹਨੇ ਵੱਢ ਲਈ ਜੋ ਦੂਜੇ ਦਿਨ ਵੱਢੀ ਤਾਂ ਉਹਨੇ ਫਿਰ ਖੋਜ ਹੀ ਕੀਤਾ ਦਸ ਰੁਪਈਏ ਦਿੱਤੇ ਉਦੋਂ 1942 ਦੀ ਗੱਲ ਹੈਗੀ 1940-42 ਦੀ ਉਹਨੂੰ 10 ਰੁਪਈਏ ਦਿੱਤੇ ਉਹਨੇ ਖੁਰਾ ਕੱਢ ਦਿੱਤਾ ਉਹਦੇ ਘਰ ਹੈਡਮਾਸਟਰ ਦੇ ਘਰ ਦਾ ਤੇ ਉਹਨੂੰ ਫਿਰ ਪੰਚਾਇਤ ਚ ਲਿਆਂਦਾ ਹੈਡਮਾਸਟਰ ਨੂੰ ਤੇ ਚਪੜਾਸੀ ਨੂੰ ਉਹ ਮੰਨ ਗਿਆ ਵੀ ਮਾਂ ਮੇਰੀ ਚਪੜਾਸੀ ਨੇ ਵੱਢੀ ਹੈਗੀ ਤੇ ਉਹ ਪਠਾਣ ਕਹਿੰਦਾ ਚਲੋ ਕੋਈ ਨੀ ਤੂੰ ਪੱਠਿਆਂ ਦਾ ਕੋਈ ਨੀ ਤੂੰ ਹੈਡਮਾਸਟਰ ਹੈਗਾ ਸਾਡਾ ਪੱਠਿਆਂ ਦਾ ਕੋਈ ਨੀ ਮੈਂ 10 ਰੁਪਈਏ ਖੋਜੀ ਨੂੰ ਜਿਹੜੇ ਦਿੱਤੇ ਨੇ ਉਹ ਮੈਨੂੰ ਦੇ ਦੇ ਕਹਿੰਦਾ ਹਾਂ ਦੇ ਦੇਗਾ ਮੰਨ ਗਿਆ ਦੇ ਨੀ ਚਨਾਵੇ ਉਹਨੇ ਫਿਰ ਅੱਕ ਕੇ ਨਾ ਮਹਿਕਮਾ ਤਲੀਮ ਨੂੰ ਚਿੱਠੀ ਪਾਈ ਵੀ ਇਹ ਮੇਰੇ ਪੈਸੇ ਨਹੀਂ ਦਿੰਦਾ ਇਹ ਗੱਲ ਹੋਈ ਸੀ ਇਹਨੇ ਪੈਸੇ ਪੱਠੇ ਵੱਡੇ ਦੇ ਦੇ ਤੇ ਉਹ ਪੰਚਾਇਤ ਦੀ ਚੜੀ ਗਈ ਰਿਪੋਰਟ ਉਹਦੇ ਕੋਲ ਮਹਿਕਮਾ ਤਲੀਮ ਦੇ ਮਹਿਕਮਾ ਤਲੀਮ ਵਾਲਾ ਕਹਿੰਦਾ ਮੇਰੇ ਫਾਦਰ ਨੂੰ ਤੁਸੀਂ ਜੋ ਜ਼ੈਲਦਾਰ ਦੀ ਰਿਪੋਰਟ ਲੈ ਕੇ ਆਓ ਤੇ ਫਾਦਰ ਆ ਗਿਆ ਜ਼ੈਲਦਾਰ ਦੀ ਰਿਪੋਰਟ ਲੈਣ ਲਈ ਤੇ ਜ਼ੈਲਦਾਰ ਜਿਹੜਾ ਸੀਗਾ ਉਹ ਗਿਆ ਸੀ ਹੱਜ ਹੋ ਕੇ ਆਇਆ ਸੀ ਅੱਜ ਉੱਥੇ ਉਹ ਦੱਸਦੇ ਨਾ ਵੀ ਮੁਸਲਮਾਨ ਦਾ ਸਵਾਬ ਕਮਾਉਣਾ ਹੈਗਾ ਤੁਸੀਂ ਜਿੱਦਾਂ ਜੀਵ ਹੈਗੇ ਨਾ ਜੀਵ ਜੀਵ ਦੀ ਕਰਨਗੇ ਤੇ ਜੈਂਟਾਈਲ ਦੇ ਬਰਖਲਾਫ ਕਰਨਗੇ ਇਹਨਾਂ ਨੇ ਏਕਾ ਬਣਾਇਆ ਜਿੱਦਾਂ ਕਹਿੰਦੇ ਨੇ ਤੇ ਏਕਾ ਬਣਾਇਆ ਇਹਨਾਂ ਨੇ ਤੇ ਏਦਾਂ ਹੀ ਉਹਨਾਂ ਉੱਥੇ ਦਿਖਾਉਂਦੇ ਨੇ ਆਪਣੇ ਕਾਬਾ ਵੀ ਆਪਣੇ ਮੁਸਲਮਾਨ ਦੀ ਕਰਨੀ ਭਰਾ ਦੀ ਤੁਸੀਂ ਹਿੰਦੂ ਜਾਂ ਸਿੱਖ ਜਾਂ ਹੋਰ ਕੋਈ ਵੀ ਕਿਸੇ ਦਾ ਕੋਈ ਉਹਦੀ ਨਹੀਂ ਕਰਨੀ ਤੇ ਉਹ ਸਵਾਬ ਕਮਾਉਣ ਲਈ ਉਹ ਜ਼ੈਲਦਾਰ ਫਿਰ ਕਹਿੰਦਾ ਵੀ ਹਾਂ ਹੁਣ ਸਵਾਬ ਕਮਾਵਾਂ ਮੈਂ ਇਹ ਮੇਰਾ ਮੁਸਲਮਾਨ ਭਰਾ ਹੈਗਾ ਨਾ ਹੁਣ ਉਹ ਪਠਾਣ ਜਿਹੜਾ ਭਰਾ ਸੀ ਜਿਹਦਾ ਜ਼ੈਲਦਾਰ ਜਿਹਨਾਂ ਨੇ ਬਣਾਇਆ ਸੀ ਉਹਨਾਂ ਨੂੰ ਭੁੱਲ ਗਿਆ ਉਹਦੇ ਹੁਣ ਉਹ ਕਿਉਂ ਉੱਥੇ ਬਣ ਕੇ ਆਇਆ ਸੀ ਨਾ ਮੁਸਲਮਾਨ ਜਿਸਮ ਦਾ ਫਿਰ ਉਹਦਾ ਮੁਸਲਮਾਨ ਭਰਾ ਹੋਇਆ ਨਾ ਪਠਾਣ ਤਾਂ ਨਾ ਭਰਾ ਹੋਇਆ ਤੇ ਫਾਦਰ ਜਦੋਂ ਆਏ ਤੇ ਉਹਦਾ ਮੁੰਡਾ ਜਿਹੜਾ ਸੀਗਾ ਨਾ ਜ਼ੈਲਦਾਰ ਦਾ ਉਹ ਦੂਰੋਂ ਦੁਹਾਈ ਦੇਵੇ ਅੱਬਾ ਅੱਬਾ ਤੂੰ ਹੱਜ ਕਰਕੇ ਆਇਆ ਝੂਠ ਨਾ ਬੋਲੀ ਮੈਂ ਨੀ ਇਹਨਾਂ ਨੂੰ ਕੁਛ ਦੱਸਿਆ ਤੇ ਉਹਨੂੰ ਪਿਆ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਪਿਆ ਜਿੱਦਾਂ ਕਿ ਉਹਨੂੰ ਕਹਿਣਾ ਚਾਹੀਦਾ ਸੀ ਕਿ ਉਹ ਉੱਥੇ ਮੁਸਲਮਾਨ ਬਣ ਕੇ ਆਇਆ ਨਾ ਜਿਸਮ ਦਾ ਪੱਕਾ ਹਰਾਮੀ ਤੇ ਫਿਰ ਉਹਨੇ ਜਦੋਂ ਲਿਖਵਾਈ ਰਿਪੋਰਟ ਲਿਖਵਾਈ ਕਹਿੰਦਾ ਕੋਈ ਮੱਕੀ ਨਹੀਂ ਵੱਢ ਹੋਈ ਕੋਈ ਉਹਨੇ ਹੈਡਮਾਸਟਰ ਨੇ 10 ਰੁਪਈਏ ਨਹੀਂ ਦੇਣੇ ਰਫਾ ਦਫਾ ਕਰ ਦਿੱਤਾ ਹੈ ਬੜਾ ਸੋਹਣਾ ਉਹ ਪਠਾਣ ਵੀ ਹੱਕਾ ਪੱਕਾ ਵੀ ਪੰਚਾਇਤ ਮੰਨ ਗਈ ਸੀਗੀ ਤਾਂ ਇਹ ਕੀ ਕਹਿੰਦਾ ਹੈਗਾ ਜ਼ਾਇਦਾ ਹੈਗਾ ਤੇ ਇਹ ਹੁੰਦਾ ਪੱਕਾ ਹਰਾਮੀ ਏਦਾਂ ਦੇ ਹੋਰ ਵੀ ਕਈ ਮੈਂ ਤੁਹਾਨੂੰ ਦੱਸਾਂਗਾ ਤੁਹਾਨੂੰ ਵੀ ਪਤਾ ਹੈਗਾ ਕਿ 1947 ਚ ਅਸੀਂ ਜੱਟਾਂ ਨੇ ਜੱਟ ਕਿੱਦਾਂ ਮਾਰੇ ਕਿ ਅਸੀਂ ਪੱਕੇ ਹਰਾਮੀ ਸੀ ਦੋਨੋਂ ਤੇ ਇਹ ਹੈਗਾ ਜਿਹੜਾ ਨਾ ਕਾਬਾ ਹੈਗਾ ਇਹ ਧੁੰਨੀ ਹੈਗੀ ਰੱਬ ਦੀ ਧੁੰਨੀ ਨਾ ਰੱਬ ਦੀ ਨਹੀਂ ਖੁਦਾ ਦੀ ਧੁੰਨੀ ਖੁਦਾ ਦੀ ਧੁੰਨੀ ਹੈਗੀ ਤੇ ਜਿਹੜਾ ਖੂਨ ਹੈਗਾ ਉਹ ਜਾਨ ਦਿੰਦਾ ਹੈਗਾ ਇਸ ਕਰਕੇ ਔਰਤ ਜਿਹੜੀ ਹੁੰਦੀ ਉਹਦੀ ਕੋਈ ਜਾਤ ਨਹੀਂ ਹੁੰਦੀ ਉਹ ਉਹਦਾ ਹੁੰਦਾ ਆਪਣੇ ਅੱਲਾ ਨਾਲ ਸੰਬੰਧ ਅੱਲਾ ਪਾਰਬ੍ਰਹਮ ਤੇ ਐਲੋਹੀਮ ਨਾਲ ਸੰਬੰਧ ਹੁੰਦਾ ਰੱਬ ਨਾਲ ਸੰਬੰਧ ਹੁੰਦਾ ਔਰਤ ਦਾ ਤੇ ਆਦਮੀ ਦਾ ਸੰਬੰਧ ਜਿਹੜਾ ਹੁੰਦਾ ਉਹ ਯਾਵੇ ਖੁਦਾ ਤੇ ਬ੍ਰਹਮਾ ਨਾਲ ਹੁੰਦਾ ਹੈਗਾ ਜਿਹਨੇ ਆਪ ਪੈਦਾ ਕੀਤਾ ਹੈ
ਇਹ ਹੈਗਾ ਇਹਨਾਂ ਦੇ ਦੋਨਾਂ ਦਾ ਸੰਬੰਧ ਤੇ ਕਿਉਂ ਉੱਥੇ ਆਦਮ ਪੈਦਾ ਹੋਇਆ ਸੀ ਨਾ ਆਦਮ ਦਾ ਮੰਦਰ ਹੈਗਾ ਨਾ ਉਹ ਸ਼ਿਵ ਮੰਦਰ ਇਸ ਕਰਕੇ ਉਹ ਕਾਬਾ ਜਿਹੜਾ ਹੈਗਾ ਸਿਰਫ ਆਦਮ ਦਾ ਹੈਗਾ ਉਹ ਮੰਦਰ ਉਹਦੇ ਚ ਅੱਲਾ ਦਾ ਕੋਈ ਤੋਲਕ ਨਹੀਂ ਹੈਗਾ ਅੱਲਾ ਦੀ ਮਸਜਿਦ ਹੈਗੀ ਅਲ ਅਕਸਾ ਤੇ ਇਹਦੇ ਨਾਲ ਮੈਂ ਤੁਹਾਨੂੰ ਬੰਦ ਕਰਦਾ ਬਾਕੀ ਇਹ ਚੀਜ਼ ਜਿਹੜੀ ਗੀ ਜਿਹਨੇ ਜਿਹਦੇ ਪੱਲੇ ਪੈਣੀ ਹੈਗੀ ਉਹਦੇ ਪੱਲੇ ਪਾਉਂਦੀ ਹੈਗੀ ਬਾਕੀ ਜਿਹੜੇ ਹੈਗੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹਨੂੰ ਕਹਿਣਗੇ ਹਜੇ ਬਕਵਾਸ ਕਰੀ ਜਾਂਦਾ ਹੈਗਾ ਅੱਗੇ ਤੁਹਾਡੀ ਮਰਜ਼ੀ